ਅੱਜ ਅਸੀਂ ਇਹ ਮੰਗ ਪੱਤਰ ਦੇਣ ਆਏ ਹਾਂ SDM ਸਾਹਿਬ ਨੂੰ, ਉਹਦੇ ਵਿੱਚ ਇਹੀ ਅਸੀਂ ਬੇਨਤੀ ਕੀਤੀ ਹੈ ਇਹਨਾਂ ਨੂੰ ਕਿ ਜਿਸ ਤਰ੍ਹਾਂ ਇਹ ਟਿੱਪਰਾਂ ਦੇ ਕੁਛ ਪ੍ਰੈਸ਼ਰ ਹੋਰਨਾਂ ਦੀ ਪ੍ਰੋਬਲਮ ਹੈਗੀ ਆ ਜਾਂ ਟ੍ਰੈਫਿਕ ਦੀ ਸਮੱਸਿਆ ਕਰਕੇ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਟਿੱਪਰ ਅਤੇ ਵੱਡੀ ਗੱਡੀਆਂ ਆ ਉਹ ਨੰਬਰ ਇੱਕ ਉਹ ਦਿਨ ਵੇਲੇ ਇਹਨਾਂ ਨੂੰ ਬੰਦ ਕੀਤਾ ਜਾਵੇ। ਇਹਨਾਂ ਦੇ ਉੱਪਰ ਉਹ ਢਕੇ ਨਹੀਂ ਰੇਤਾ ਜਿਹੜਾ ਲੋਕਾਂ ਦੀਆਂ ਅੱਖਾਂ 'ਚ ਪੈਂਦਾ। ਨੰਬਰ ਤਿੰਨ, ਇਹਨਾਂ ਨੇ ਸ਼ਹਿਰ ਦੇ ਵਿੱਚ ਇੰਨਾ ਉਹ ਓਵਰ ਸਪੀਡ ਚੱਲਦੇ ਆ ਕਿ ਉਹਦੇ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ। ਅੱਜ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰ ਗੜ੍ਹਸ਼ੰਕਰ ਵੱਲੋਂ SDM ਗੜ੍ਹਸ਼ੰਕਰ ਡਾਕਟਰ ਮੇਜਰ ਸ਼ਿਵਰਾਜ ਸਿੰਘ ਵੱਲ ਨੂੰ ਇੱਕ ਮੰਗ ਪੱਤਰ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸ਼ਹਿਰ ਵਿੱਚੋਂ ਦਿਨ ਵੇਲੇ ਚੱਲ ਰਹੇ ਟਿੱਪਰ ਅਤੇ ਵੱਡੀਆਂ ਗੱਡੀਆਂ ਦਾ ਲਾਂਘਾ ਬੰਦ ਕੀਤਾ ਜਾਵੇ, ਰਾਤ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਅਤੇ ਇਹਨਾਂ ਟਿੱਪਰ ਜੋ ਕਿ ਕਈ ਟਿੱਪਰ ਬਿਨਾਂ ਨੰਬਰ ਪਲੇਟਾਂ ਤੋਂ ਚੱਲ ਰਹੇ ਹਨ ਉਹਨਾਂ ਦੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜੋ ਟਰੈਲੀਆਂ ਅਤੇ ਟਿੱਪਰ ਨੰਗੇ ਰੇਤਾਂ ਬਗੈਰ ਤਰਪਾਲ ਢਕੇ ਹੋਏ ਜਾਂ ਕ੍ਰੈਸ਼ਰ ਲੈ ਕੇ ਜਾਂਦੇ ਹਨ ਉਹਨਾਂ ਨੂੰ ਢਕਿਆ ਜਾਵੇ ਤਾਂ ਕਿ ਆਉਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ, ਕਿਉਂਕਿ ਪਹਿਲੀਆਂ ਸਰਕਾਰਾਂ ਵੇਲੇ ਇਹਨਾਂ ਟਿੱਪਰਾਂ ਦਾ ਲਾਂਘਾ ਸਿਰਫ ਰਾਤ ਸਮੇਂ ਹੀ ਹੁੰਦਾ ਸੀ, ਦਿਨ ਵੇਲੇ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਅਤੇ ਆਉਣ ਜਾਣ ਵਾਲੇ ਲੋਕਾਂ ਵਹੀਕਲਾਂ ਨੂੰ ਬਹੁਤ ਤੰਗੀ ਪਰੇਸ਼ਾਨੀ ਹੁੰਦੀ ਹੈ। SDM ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਇਸ ਕਾਰਵਾਈ ਹਿੱਤ ਸੰਬੰਧਿਤ ਮਹਿਕਮੇ ਨੂੰ ਭੇਜਿਆ ਜਾਵੇਗਾ ਅਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ। ਸੁਸਾਇਟੀ ਦੇ ਅਹੁਦੇਦਾਰਾਂ ਸਾਹਿਬਾਨਾਂ ਵਿੱਚੋਂ ਨਰਿੰਦਰ ਬਾਬਾ, ਜਸਵੀਰ ਸਿੰਘ ਜੀ, ਪਨਾਮ ਰਵੀ ਮਹਿਤਾ, ਹਰਨੇਕ ਸਿੰਘ ਬੰਗਾ, ਅਨੂਪ ਸਿੰਘ ਭਦਰੂ, ਕਰਪੂਲ ਸਿੰਘ ਆਨੰਦ, ਪਰਮਜੀਤ ਸਿੰਘ ਦੂਆ, ਈਸ਼ਵਰ ਸਿੰਘ ਸਾਬਕਾ ਸਰਪੰਚ ਫਤਿਹਪੁਰ ਕਲਾਂ ਆਦਿ ਸ਼ਾਮਿਲ ਹਨ। ਵਿੰਦਰ ਕੁਮਾਰ, ਐਂਡੀ ਬੈਟਰੀ ਹਾਊਸ, ਨੰਗਰ ਰੋਡ, ਗੜ੍ਹਸ਼ੰਕਰ ਤੋਂ ਮਤਲਬ ਬੋਲ ਰਿਹਾ। ਔਰ ਮੇਨ ਪ੍ਰੋਬਲਮ ਸਾਡੇ ਜਿਹੜੀ ਅੱਜ ਅਸੀਂ ਇਹ ਮੰਗ ਪੱਤਰ ਦੇਣ ਆਏ ਹਾਂ SDM ਸਾਹਿਬ ਨੂੰ, ਉਹਦੇ ਵਿੱਚ ਇਹੀ ਅਸੀਂ ਬੇਨਤੀ ਕੀਤੀ ਹੈ ਇਹਨਾਂ ਨੂੰ ਕਿ ਜਿਸ ਤਰ੍ਹਾਂ ਇਹ ਟਿੱਪਰਾਂ ਦੇ ਕੁਛ ਪ੍ਰੈਸ਼ਰ ਹੋਰਨਾਂ ਦੀ ਪ੍ਰੋਬਲਮ ਹੈਗੀ ਆ ਜਾਂ ਟ੍ਰੈਫਿਕ ਦੀ ਸਮੱਸਿਆ ਕਰਕੇ, ਈਵਨ ਪਰਸੋਂ ਦੀ ਗੱਲ ਆ ਕਿ ਕੁਛ ਇੱਦਾਂ ਦੇ ਹਾਲਾਤ ਸ਼ਹਿਰ ਦੇ ਬਣੇ ਹੋਏ ਸੀਗੇ ਵੀ ਨੰਗਲ ਚੌਂਕ ਦੇ ਵਿੱਚ ਲੋਕਾਂ ਨੇ ਆਪ ਖੁਦ ਖੜ੍ਹ ਕੇ ਟ੍ਰੈਫਿਕ ਜਿਹੜੀ ਆ ਉਹ ਕੰਟਰੋਲ ਕੀਤੀ ਆ, ਜਿਹੜੀਆਂ ਗੱਡੀਆਂ ਪਾਸ ਕਰਾਈਆਂ ਆ ਜਾਂ ਹੋਰ ਪ੍ਰੋਬਲਮਾਂ ਜਿਹੜੀਆਂ ਮਤਲਬ ਇੱਦਾਂ ਦੀਆਂ ਕਿ ਜਿਸ ਤਰ੍ਹਾਂ ਇਹਨਾਂ ਦੇ ਵਿੱਚ ਰੇਤਾ ਜਿਹੜੀ ਆ ਉਹ ਭਰੀ ਹੁੰਦੀ ਆ, ਜਿਹੜੀਆਂ ਕਿ ਉੱਪਰੋਂ ਕਵਰ ਨਹੀਂ ਹੁੰਦੀਆਂ ਹੈਗੀਆਂ, ਢੱਕੀਆਂ ਨਹੀਂ ਹੁੰਦੀਆਂ, ਉਹਦੇ ਨਾਲ ਕੀ ਆ ਕਿ ਬੱਚੇ ਜਾਂਦੇ ਆ ਜਾਂ ਕੋਈ ਲੇਡੀਜ਼ ਜਾ ਰਹੇ ਆ ਸਕੂਟਰੀਆਂ 'ਤੇ ਮੋਟਰਸਾਈਕਲਾਂ 'ਤੇ, ਉਹਦੇ ਵਿੱਚ ਮਿੱਟੀ ਵਗੈਰਾ ਜਿਹੜੀ ਆ ਉਹ ਅੱਖਾਂ ਦੇ ਵਿੱਚ ਪੈਣ ਕਰਕੇ ਐਕਸੀਡੈਂਟ ਦੇ ਚਾਂਸਿਸ ਜਿਹੜੇ ਆ ਉਹ ਵੱਧਦੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਦੇਖਦੇ ਹੋਏ ਅਸੀਂ ਅੱਜ ਇਹ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਗਿਆ ਆ ਔਰ ਵਿਸ਼ਵਾਸ ਦਿਲਾਇਆ SDM ਸਾਹਿਬ ਨੇ ਕਿ ਵੀ ਅਸੀਂ ਇਹਦੇ 'ਤੇ ਜ਼ਰੂਰ ਕਾਰਵਾਈ ਕਰਾਂਗੇ, ਅਤੇ ਜਿਹਦੇ ਵਿੱਚ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਅੱਜ ਸਾਡੇ ਸਮੂਹ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਟਿੱਪਰ ਅਤੇ ਵੱਡੀ ਗੱਡੀਆਂ ਆ ਉਹ ਨੰਬਰ ਇੱਕ ਉਹ ਦਿਨ ਵੇਲੇ ਇਹਨਾਂ ਨੂੰ ਬੰਦ ਕੀਤਾ ਜਾਵੇ, ਰਾਤ ਦਾ ਸਮਾਂ ਇਹਨਾਂ ਦਾ ਨਿਸ਼ਚਿਤ ਕੀਤਾ ਗਿਆ ਤਾਂ ਕਿ ਜਿਹੜੇ ਆਉਣ ਵਾਲੇ ਪੈਡੈਸਟ੍ਰੀਅਨ ਵਾ ਅਤੇ ਆਉਣ ਵਾਲੇ ਜਿਹੜੇ ਇੱਥੇ ਸ਼ਹਿਰੀ ਆ ਉਹਨਾਂ ਨੂੰ ਬਹੁਤ ਵੱਡੀਆਂ ਸਮੱਸਿਆ, ਬੱਚਿਆਂ ਨੂੰ ਜਿਹੜੀ ਬੱਸਾਂ ਦਾ ਟਾਈਮ ਆ, ਬੱਚਿਆਂ ਦਾ ਟਾਈਮ, ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਆ। ਤਾਂ ਅਸੀਂ ਇਹ ਚਾਹੁੰਦਾ ਇੱਕ ਨੰਬਰ ਕਿ ਬਗੇਰ ਟਿੱਪਰਾਂ ਦੇ ਵਿੱਚ ਕਈਆਂ ਦੇ ਨੰਬਰ ਪਲੇਟਾਂ ਵੀ ਨਹੀਂ ਗੀਆਂ, ਨੰਬਰ ਦੋ 'ਤੇ ਇਹਨਾਂ ਦੇ ਉੱਪਰ ਉਹ ਢਕੇ ਨਹੀਂ ਰੇਤਾ ਜਿਹੜਾ ਲੋਕਾਂ ਦੀਆਂ ਅੱਖਾਂ 'ਚ ਪੈਂਦਾ, ਨੰਬਰ ਤਿੰਨ ਇਹਨਾਂ ਨੇ ਸ਼ਹਿਰ ਦੇ ਵਿੱਚ ਇੰਨਾ ਉਹ ਓਵਰ ਸਪੀਡ ਚੱਲਦੇ ਆ ਕਿ ਉਹਦੇ ਨਾਲ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ। ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਹਾਂ ਕਿ ਲੋਕਾਂ ਦੇ ਵਿਦਰੋਹ ਨੂੰ ਸਾਹਮਣਾ ਕਰਨ ਤੋਂ ਪਹਿਲਾਂ ਹੀ ਇਹ ਜਿਹੜੀ ਸਮੱਸਿਆ, ਜਿਵੇਂ ਪਹਿਲੀਆਂ ਸਰਕਾਰਾਂ ਨੇ ਰਾਤ ਦੇ ਸਮੇਂ ਟਿੱਪਰ ਚੱਲਦੇ ਸੀ
ਹੁਣ ਅਸੀਂ ਬੇਨਤੀ ਇਹ ਕੀਤੀ ਆ ਕਿ ਸਾਡੀ ਸਰਕਾਰ ਨੂੰ ਅਪੀਲ ਆ ਅਤੇ ਪ੍ਰਸ਼ਾਸਨ ਨੂੰ ਅਪੀਲ ਆ ਕਿ ਇਹਨੂੰ ਕੰਟਰੋਲ ਕੀਤਾ ਜਾਵੇ ਦਿਨ ਵੇਲੇ ਇਹ ਜਿਹੜੇ ਟਿੱਪਰ ਆ ਵੱਡੀਆਂ ਗੱਡੀਆਂ ਆ ਟਰੈਲੀਆਂ ਜਿਹੜੇ ਦੂਜੇ ਆ ਇੱਕ ਤਾਂ ਉਹਨੂੰ ਕਵਰ ਕੀਤਾ ਜਾਵੇ, ਦੂਜੇ ਨੰਬਰ 'ਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਆਮ ਜਿਹੜੀ ਆਵਾਜਾਈ ਬਹਾਲ ਹੋ ਸਕੇ। ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਮੈਸੇਜ ਹੋਇਆ? ਹਾਂ, ਪ੍ਰਸ਼ਾਸਨ SDO ਸਾਹਿਬ ਨੇ ਬੜਾ ਅੱਛਾ ਵਿਸ਼ਵਾਸ ਦਵਾਇਆ ਕਿ ਮੈਂ ਇਹ ਜਿਹੜੇ DTO ਸਾਹਿਬ ਨੂੰ ਅਤੇ ਹੋਰ ਜਿਹੜੇ ਸੰਬੰਧਿਤ ਮਹਿਕਮੇ ਆ ਉਹਨਾਂ ਨੂੰ ਇਹ ਆਪਣੇ ਵੱਲੋਂ ਭੇਜਣਗੇ, ਸਾਡੇ ਮੰਗ ਪੱਤਰ ਨੂੰ ਅੱਗੇ ਭੇਜਣਗੇ ਅਤੇ ਆਸ ਕਰਦੇ ਹਾਂ ਕਿ ਇਹ ਲੋਕਾਂ ਦੀ ਮੰਗ ਨੂੰ ਜਿਹੜੇ ਇਹ ਪੂਰਨ ਕਰਨਗੇ। ਦੇਖੋ ਜੀ, ਇਹਦੇ 'ਚ ਬਹੁਤ ਚੀਜ਼ਾਂ ਇੱਦਾਂ ਦੀਆਂ ਜੋ ਆਲਰੇਡੀ ਧਿਆਨ 'ਚ ਹੈ। ਕੁਛ ਇਸ਼ੂ ਜਿਹੜੇ ਆ ਉਹ ਹੈਗਾ ਰਿਗਾਰਡਿੰਗ ਦੀ ਬਾਈਪਾਸ, ਜਿਹੜਾ ਕਿ ਇੱਕ ਵੱਡਾ ਇਸ਼ੂ ਹੈ ਜਿਹਨੂੰ ਆਲਰੇਡੀ ਸਰਕਾਰ ਪੱਧਰ 'ਤੇ ਵਿਚਾਰਿਆ ਜਾ ਰਿਹਾ। ਆਪਾਂ ਸਾਰੇ ਜਾਣਦੇ ਹਾਂ ਵੀ ਇੱਥੇ ਇੱਕ ਚੌਂਕ 'ਚ ਆ ਕੇ ਚਾਰ ਮੇਨ ਸੜਕਾਂ ਮਿਲਦੀਆਂ, ਜਿਹੜੀ ਮੇਨ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤਾਂ ਹੈ ਹੀ ਹੈ ਅਤੇ ਉੱਧਰੋਂ ਬੰਗੇ ਨਵੇਂ ਸ਼ਹਿਰ ਤੋਂ ਸੜਕ ਆ ਰਹੀ ਹੈ ਅਤੇ ਨੰਗਲ ਔਰ ਅਨੰਦਪੁਰ ਸਾਹਿਬ ਤੋਂ ਵਿੱਚ ਰੇਲਵੇ ਲਾਈਨ ਅਲੱਗ ਹੈ। ਸੋ ਅਸੀਂ ਸਮਝਦੇ ਹਾਂ ਅਤੇ ਬਾਜ਼ਾਰ ਵੀ ਸਾਰਾ ਉਸੇ ਸੜਕ 'ਤੇ। ਸੋ ਇਨਸਪਾਈਟ ਆਫ ਆਲ ਐਫਰਟਸ, ਜਦੋਂ ਤੱਕ ਇੱਕ ਪ੍ਰੋਪਰ ਬਾਈਪਾਸ ਨਹੀਂ ਬਣਦਾ ਜੋ ਕਿ ਇੱਕ ਵੱਡਾ ਪ੍ਰੋਜੈਕਟ ਹੈ, ਉਦੋਂ ਤੱਕ ਇਹ ਇਸ਼ੂ ਸਾਡੇ ਸਾਰਿਆਂ ਦੇ ਧਿਆਨ 'ਚ ਹੈ। ਜਿੱਥੋਂ ਤੱਕ ਓਵਰਲੋਡਿੰਗ ਟਿੱਪਰ ਔਰ ਹੋਰ ਹੈਵੀ ਵਹੀਕਲ ਦੀ ਗੱਲ ਹੈ, ਕਿਉਂਕਿ ਹੁਸ਼ਿਆਰਪੁਰ ਚੰਡੀਗੜ੍ਹ ਮੇਨ ਰੋਡ ਹੈ, ਬੜਾ ਮੁਸ਼ਕਲ ਹੈ ਉਸ ਚੀਜ਼ ਨੂੰ 100% ਰੋਕਣਾ ਜਾਂ ਉਹਦੇ 'ਤੇ 100% ਲਗਾਮ ਜਿਹੜੀ ਇੱਕ ਟਾਈਮ ਫਿਕਸ ਕਰਨਾ, ਕਿਉਂਕਿ ਇੰਨੀ ਹਾਈਵੇ ਨੂੰ ਅਸੀਂ ਪਰਮਾਨੈਂਟਲੀ ਬਲੋਕ ਨਹੀਂ ਕਰ ਸਕਦੇ। ਬਟ ਕੁਛ ਚੀਜ਼ਾਂ ਜਿਹੜੀਆਂ ਕਿ ਉਹਨਾਂ ਦੇ ਵਧੀਆ ਸੁਝਾਅ ਹੈ, ਉਹਦੇ ਸੰਬੰਧ 'ਚ DTO ਸਾਹਿਬ ਨੂੰ ਔਰ ਆਪਣਾ DSP ਸਾਹਿਬ ਨੂੰ ਅਸੀਂ ਹਦਾਇਤ ਕਰ ਦਿਆਂਗੇ ਕਿ ਐਟਲੀਸਟ ਜਿਹੜੇ ਮੂਵਮੈਂਟ ਹੁੰਦੀ ਹੈ ਉਹ ਓਵਰਲੋਡਡ ਨਾ ਹੋਵੇ, ਅਤੇ ਜੇ ਉਹਦੇ 'ਤੇ ਕੋਈ ਟਾਈਮ ਫਿਕਸ ਕੀਤਾ ਜਾ ਸਕਦਾ ਤਾਂ ਉਹਦੇ ਨੂੰ ਵੀ ਅਸੀਂ ਜ਼ਰੂਰ ਇੱਕ ਵਾਰ ਦੇਖਾਂਗੇ ਅਤੇ ਇਫ ਜੇ ਪੋਸੀਬਲ ਹੋਇਆ ਤਾਂ ਉਹ ਵੀ ਜ਼ਰੂਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼। ਸਰ, ਪਿਛਲੇ ਸਮੇਂ 'ਚ ਨਾ ਜਦੋਂ ਟਾਈਮ ਫਿਕਸ ਸੀਗਾ ਕਿ ਰਾਤ ਨੂੰ ਟ੍ਰੇਨ 'ਤੇ ਜਾਣਗੇ ਜਾਂ ਸਕੂਲ ਟਾਈਮ ਜੋ ਬੱਚਿਆਂ ਦੀ ਵੀ ਸਕੂਲ ਆਉਣ ਦੀ ਅਤੇ ਜਾਣ ਦੀ ਉਸ ਟਾਈਮ 'ਤੇ ਨਹੀਂ ਚੱਲਣਗੇ? ਕੋਈ ਨਾ ਜੀ, ਮੈਂ ਉਹ ਵੀ ਇੱਕ ਵਾਰ ਚੈੱਕ ਕਰਵਾ ਲੈਂਦਾ ਕਿ ਜੇ ਇੱਦਾਂ ਦਾ ਕੋਈ ਟਾਈਮਿੰਗ ਪਹਿਲਾਂ ਸੀਗਾ ਤਾਂ ਉਹਨੂੰ ਦੁਬਾਰਾ ਵੀ ਇੰਪਲੀਮੈਂਟ ਜਿਹੜਾ ਹੈਗਾ ਅਸੀਂ ਦੁਬਾਰਾ ਉਹਦਾ ਮੈਂ ਤੁਹਾਨੂੰ ਦੱਸ ਦਿੱਤਾ ਜੀ, ਇਟ ਇਜ਼ ਦੀ ਮੈਂਡੇਟ ਆਫ RTO ਸਾਹਿਬ ਐਂਡ DSP ਸਾਹਿਬ, ਟ੍ਰੈਫਿਕ ਜੋ ਦੇਖਦੇ ਉਹਨਾਂ ਦੇ ਜੋ ਵੀ ਕੰਸਰਨਡ ਐਕਸ਼ਨ ਲੈਣ, ਰੈਂਡਮ ਚੈਕਿੰਗ ਕਰਨ ਅਤੇ ਜੋ ਬਣਦੀ ਕਾਰਵਾਈ ਹੈ ਚਲਾਨ ਵਗੈਰਾ ਉਹ ਵੀ ਕਰਨ।